ਭਾਬੀ ਜੀ। ਹਾਂਜੀ। ਮੇਰਾ ਪੁੱਛਣਾ ਤਾਂ ਨਹੀਂ ਬਣਦਾ, ਮੈਂ ਤੁਹਾਨੂੰ ਇੱਕ ਗੱਲ ਪੁੱਛ ਸਕਦਾ? ਹਾਂਜੀ ਪੁੱਛੋ। ਆ ਕਿਹਦੇ ਫੋਨ ਦੀ ਗੱਲ ਹੁੰਦੀ ਸੀ? ਨਹੀਂ ਭਾਅ ਜੀ, ਕਿਸੇ ਦੇ ਫੋਨ ਦੀ ਗੱਲ ਨਹੀਂ ਹੁੰਦੀ। ਭਾਬੀ ਜੀ ਮੈਂ ਨਾ ਸਭ ਕੁਛ ਸੁਣ ਲਿਆ ਵਾ, ਕਿਹਦਾ ਫੋਨ ਟੁੱਟਾ ਵਾ? ਕਿਸੇ ਦਾ ਫੋਨ ਨਹੀਂ ਟੁੱਟਾ ਹੈਗਾ। ਭਾਬੀ ਜੀ ਦੱਸੋ ਹਾਂ ਸਿੱਧੀ ਤਰ੍ਹਾਂ ਗੱਲ, ਗੱਲ ਕੀ ਹੈ? ਮੇਰਾ ਨਾ ਫੋਨ ਟੁੱਟ ਗਿਆ ਵਾ ਅਤੇ ਮੰਮੀ ਨਹੀਂ ਬਣਾ ਕੇ ਨਹੀਂ ਦੇਣ ਦੇ। ਅਤੇ ਤੁਸੀਂ ਤੇਜਿੰਦਰ ਭਾਈ ਨੂੰ ਕਹਿਣਾ ਸੀ? ਕਿਹਾ ਮੈਂ ਇਹਨਾਂ ਨੂੰ ਵੀ, ਪਰ ਇਹ ਕਹਿੰਦੇ ਕਿ ਪੈਸੇ ਨਹੀਂ ਹੈਗੇ ਅਤੇ ਤੂੰ ਨਾਲੇ ਹੁਣ ਜੋਬ 'ਤੇ ਲੱਗ ਗਈ ਹਾਂ ਅਤੇ ਇੱਕ ਮਹੀਨੇ ਬਾਅਦ ਜੋ ਤੇਰੀ ਸੈਲਰੀ ਆਏਗੀ ਤਾਂ ਉਦੋਂ ਬਣਾ ਲਈ। ਤਾਂ ਨਾਲੇ ਮੰਮੀ ਇਹ ਗੋਲਡ ਦੀ ਰਿੰਗ ਮੰਗਣ ਦੀ ਮੇਰੇ ਤੋਂ, ਮੈਂ ਕਿੱਥੋਂ ਲਿਆ ਕੇ ਦੇ ਦੇਣੀ ਆ? ਪੁੱਤ ਫਿਰ ਕੀ ਹੋਇਆ, ਗੋਲਡ ਦੀ ਰਿੰਗ ਮੰਗ ਲਈ ਤੇ ਘਰ ਵਾਲੀ ਨੂੰ ਚਾਅ ਹੁੰਦਾ ਆ ਵੀ ਮੇਰਾ ਘਰ ਵਾਲਾ ਨਾ ਮੈਨੂੰ ਬਰਥਡੇ 'ਤੇ ਕੋਈ ਨਾ ਕੋਈ ਗਿਫਟ ਦੇਵੇ, ਅਤੇ ਨਾਲੇ ਘਰ ਵਾਲੇ ਨੇ ਨਹੀਂ ਆਪਣੀ ਘਰ ਵਾਲੀ ਦੇ ਸੁਪਨੇ ਪੂਰੇ ਕਰਨੇ ਅਤੇ ਹੋਰ ਕਿੰਨੇ ਕਰਨੇ ਆ। ਇਹ ਘਰ ਵਾਲੇ ਦਾ ਫਰਜ਼ ਬਣਦਾ ਆ ਵੀ ਆਪਣੀ ਘਰ ਵਾਲੀ ਦਾ ਖਿਆਲ ਰੱਖੇ, ਸਾਰਾ ਦਿਨ ਤੂੰ ਘਰ ਦਾ ਕੰਮ ਕਰਨੀ ਆ, ਬੱਚਾ ਸਾਂਭਣੀ ਆ, ਅਤੇ ਭਲਾ ਉਹ ਇੰਨਾ ਕੰਮ ਨਹੀਂ ਕਰ ਸਕਦਾ। ਚਲੋ ਠੀਕ ਆ ਮੰਮੀ, ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲੈ। ਨਹੀਂ ਨਹੀਂ ਸਿਮਰ, ਚਾਹ ਨਹੀਂ ਮੈਂ ਪੀਣੀ, ਮੈਂ ਚਾਹ। ਭਾਅ ਜੀ ਕੀ ਸੋਚਣ ਦੇ ਜੇ? ਭਾਬੀ ਜੀ ਕੀ ਸੋਚਣਾ ਵਾ, ਮੇਰਾ ਵੀ ਸੇਮ ਤੁਹਾਡੇ ਵਾਲਾ ਹੀ ਹਾਲ ਆ। ਕੀ ਮਤਲਬ? ਤੁਸੀਂ ਬੈਠੋ, ਮੈਂ ਤੁਹਾਨੂੰ ਦੱਸਦਾ ਸਾਰੀ ਗੱਲ। ਮੈਨੂੰ ਤਾਂ ਸੋਚ ਸੋਚ ਹਾਸਾ ਆਉਣ ਡਿਆ ਵਾ, ਜਿੱਦਾਂ ਤੁਹਾਡੇ ਨਾਲ ਹੋਣ ਡਿਆ ਇੱਦਾਂ ਹੀ ਸੇਮ ਮੇਰੇ ਨਾਲ ਹੋਣ ਡਿਆ। ਭਾਅ ਜੀ ਮੈਂ ਸਮਝੀ ਨਹੀਂ ਤੁਹਾਡੀ ਗੱਲ। ਭਾਬੀ ਜੀ ਮੈਂ ਸਮਝਾਉਂਦਾ ਤੁਹਾਨੂੰ ਸਾਰੀ ਗੱਲ। ਜਦੋਂ ਸਿਮਰਨ ਦਾ ਬਰਥਡੇ ਸੀ ਨਾ, ਸਿਮਰਨ ਨੇ ਨਾ ਜਿੱਦ ਕਰਕੇ ਮੇਰੇ ਕੋਲ ਸੋਨੇ ਦੀ ਅੰਗੂਠੀ ਮੰਗੀ ਸੀ। ਹੁਣ ਤੁਸੀਂ ਆਪ ਸਿਆਣੇ ਜੇ, ਮੈਂ ਗਰੀਬ ਨੇ ਕਿੱਥੋਂ ਬਣਾ ਦੇਣੀ ਆ? ਜਦੋਂ ਮੈਂ ਉਹਨੂੰ ਮਨਾ ਕਰਤਾ ਨਾ, ਹਾਂਜੀ, ਆਪਣੀ ਮਾਂ ਨੂੰ ਫੋਨ ਲਾ ਲਿਆ ਉਹਨੇ, ਮੰਮੀ ਮੈਨੂੰ ਮਨਾ ਕਰਤਾ, ਅਤੇ ਫਿਰ ਉਹਦੀ ਮਾਂ ਆਈ ਨਾ ਜਦੋਂ ਘਰੇ, ਉਹਨੇ ਮੇਰੀਆਂ ਰਗਾਂ 'ਚ ਗੂਠ ਦੇ ਕੇ ਮੁੰਦੀ ਮੰਗੀ ਮੇਰੇ ਤੋਂ, ਮੈਂ ਕਿੱਥੋਂ ਲਿਆ ਦੇਣੀ ਸੀ ਗਰੀਬ ਨੇ? ਫਿਰ ਇੱਧਰੋਂ ਫੜ ਤੜ ਕੇ ਸਿਆਪਾ ਤਾਂ ਮੈਨੂੰ ਕਰਨਾ ਹੀ ਪੈਣਾ ਸੀ ਇਹਨਾਂ ਦਾ। ਉਹੀ ਸੇਮ ਤੁਹਾਡਾ ਹਾਲ, ਤੁਹਾਡਾ ਫੋਨ ਖਰਾਬ ਆ, ਮਾਂ ਨੂੰ ਇਹ ਨਹੀਂ ਦਿਸਦਾ ਕਿ ਮੈਂ ਆਪਣੀ ਨੂੰਹ ਨੂੰ ਫੋਨ ਵੀ ਬਣਾ ਕੇ ਦੇਣਾ ਵਾ, ਉਹਨੂੰ ਇਹ ਦਿਸ ਗਿਆ ਕਿ ਮੇਰੀ ਕੁੜੀ ਨੂੰ ਮੁੰਦੀ ਚਾਹੀਦੀ ਹੈ। ਭਾਅ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ, ਕਹਿੰਦੇ ਹੁੰਦੇ ਨਾ ਕਿ ਘਰ ਦੀ ਗੱਲ ਕਰੇ ਰਹੇ ਤਾਂ ਫਿਰ ਹੀ ਸਹੀ ਰਹਿੰਦਾ, ਇਹ ਤਾਂ ਦੋਵੇਂ ਮਾਂ ਪੁੱਤ ਨਾ ਮੇਰੀ ਕੋਈ ਗੱਲ ਨਹੀਂ ਸੁਣਦੇ, ਇਹਨਾਂ ਤੋਂ ਬਸ ਆਪਣੀ ਧੀ ਦੇਖਦੀ ਆ, ਨੂੰਹ ਦਾ ਖਰਚਾ ਤਾਂ ਕਹਿੰਦੇ ਬਸ ਆਪੇ ਪੂਰੇ ਕਰੇ। ਮੈਂ ਤਾਂ ਆਪਣੀ ਮੰਮੀ ਉਹਨਾਂ ਨੂੰ ਨਹੀਂ ਕੁਝ ਦੱਸ ਸਕਦੀ, ਉਹ ਵਿਚਾਰੇ ਦੁਖੀ ਹੋਣਗੇ। ਚਲੋ ਹੁਣ ਤੁਸੀਂ ਬਹੁਤੀ ਟੈਨਸ਼ਨ ਨਾ ਲਓ, ਤੁਹਾਨੂੰ ਉੱਥੇ ਦੱਸਣ ਦੀ ਕੋਈ ਲੋੜ ਨਹੀਂ ਹੈ, ਇਹ ਹੁਣ ਸੋਚੋ ਅੱਗੇ ਕਰਨਾ ਕੀ ਆ, ਤੁਸੀਂ ਵੀ ਤੰਗ ਇੱਧਰ ਮੈਂ ਵੀ ਤੰਗ। ਭਾਅ ਜੀ ਆਪਾਂ ਕੀ ਕਰ ਸਕਦੇ ਹਾਂ? ਤੁਹਾਨੂੰ ਨਾ ਮੈਂ ਸਾਰਾ ਪਲਾਨ ਦੱਸਦਾ ਵਾਂ, ਇਹਨਾਂ ਨੇ ਸਾਨੂੰ ਕੀਤਾ ਨਾ ਤੰਗ, ਹੋਣਾ ਹੀ ਇਹਨਾਂ ਨੂੰ ਕਰਾਂਗੇ ਤੰਗ, ਐਵੇਂ ਟੈਨਸ਼ਨ ਨਾ ਲਿਓ ਕਿਸੇ ਵੀ ਗੱਲ ਦੀ। ਚਲੋ ਠੀਕ ਆ ਭਾਅ ਜੀ, ਉਹ ਮੰਮੀ ਵੀ ਆ ਗਏ। ਹਾਂਜੀ ਮੰਮੀ ਆ ਗਏ। ਆਹੋ ਮੈਂ ਨਾ ਚੱਲ ਗਈ ਇੱਥੇ ਗਵਾਂਢੀਆਂ ਦੇ ਘਰ, ਕਮੇਟੀ ਦੀ ਬੋਲੀ ਸੀ ਤੇ ਮੈਨੂੰ ਚੇਤਾ ਹੀ ਨਹੀਂ ਸੀ, ਉਹ ਫਿਰ ਮੈਨੂੰ ਸੱਦਣ ਆਈਆਂ ਸੀ। ਹੋਰ ਰੋਟੀ ਬਣਵਾਵਾਂ ਫਿਰ ਮੈਂ?
ਉਹ ਮੰਮੀ ਜੀ ਰੋਟੀ ਦੀ ਐਵੇਂ ਖੇਚਲ ਨਾ ਕਰਿਓ, ਹੁਣ ਮੈਂ ਜਾਵਾਂ। ਲੈ ਪੁੱਤ ਝੱਟ ਬਣ ਜਾਣੀ ਰੋਟੀ। ਉਹ ਨਹੀਂ ਨਹੀਂ ਸਿਮਰ ਘਰੇ ਇਕੱਲੀ ਆ ਤੇ ਰਹਿਮਾਨ ਵੀ ਇਕੱਲਾ, ਮੈਂ ਹੁਣ ਜਾਵਾਂ ਟਾਈਮ ਨਾਲ ਫਿਰ। ਚੱਲ ਠੀਕ ਆ ਪੁੱਤ, ਮੈਂ ਤੇ ਆਨੀ ਸੀ ਬਹਿ ਜਾਂਦਾ। ਨਹੀਂ ਨਹੀਂ ਚਲੋ ਠੀਕ ਜੇ ਫਿਰ। ਚੰਗਾ ਤੇ ਅੱਜ ਪਤਾ ਲੱਗਾ ਕਿ ਸੀਮਾ ਦੀਦੀ ਵੀ ਨਾ ਮਨਦੀਪ ਭਾਅ ਜੀ ਨੂੰ ਇੱਦਾਂ ਹੀ ਤੰਗ ਕਰਦੇ ਆ। ਪਹਿਲੇ ਤਾਂ ਸਿਰਫ ਮੈਨੂੰ ਸ਼ੱਕ ਹੀ, ਪਰ ਅੱਜ ਸਾਰਾ ਕੁਝ ਪਤਾ ਲੱਗ ਗਿਆ। ਹੁਣ ਮੈਨੂੰ ਆਪਣੇ ਮੰਮੀ ਡੈਡੀ ਨੂੰ ਦੱਸਣ ਦੀ ਕੋਈ ਲੋੜ ਨਹੀਂ। ਹੁਣ ਮੈਂ ਤਾਂ ਮਨਦੀਪ ਭਾਅ ਜੀ ਸਬਕ ਸਿਖਾਵਾਂਗੇ ਇਹਨਾਂ ਦੇ ਟੱਬਰ ਨੂੰ। ਇੱਦਾਂ ਨਹੀਂ ਇਹਨਾਂ ਨੇ ਸੁਧਰਨਾ, ਇਹਨਾਂ ਨੂੰ ਤਾਂ ਹੁਣ ਅਸੀਂ ਸੁਧਾਰਾਂਗੇ। ਇਹ ਤਾਂ ਨਾ ਪਰਿਵਾਰ ਹੀ ਇੱਦਾਂ ਦਾ ਵਾ, ਇੱਧਰ ਮਾਂ ਪੁੱਤਾਂ ਨੇ ਮੈਨੂੰ ਦੁਖੀ ਕੀਤਾ ਵਾ, ਅਤੇ ਉੱਧਰ ਮਨਦੀਪ ਭਾਅ ਜੀ ਨੂੰ ਇਹਨਾਂ ਦੀ ਧੀ ਨੇ। ਇਹ ਤਾਂ ਹੁਣ ਸਾਨੂੰ ਸਿੱਧੇ ਹੋਣਾ ਪੈਣਾ, ਫਿਰ ਹੀ ਸੁਧਰਨਾ ਇਹਨਾਂ ਨੇ। ਸਾਰਾ ਤੋਂ ਪਹਿਲਾਂ ਨਾ ਆਪਣਾ ਫੋਨ ਸਹੀ ਕਰਾਉਣਾ ਮੈਂ, ਕਿਉਂਕਿ ਜੇ ਇਹਨਾਂ ਨੂੰ ਮੈਂ ਸਿੱਧੀ ਗੱਲ ਕੀਤੀ ਨਾ ਕਿ ਮੈਨੂੰ ਫੋਨ ਲੈ ਕੇ ਦਿਓ, ਉਹ ਤਾਂ ਇਹਨਾਂ ਨੇ ਕਰ ਦੇਣਾ ਮਨਾ। ਨਾਲੇ ਕਹਿੰਦੇ ਹੁੰਦੇ ਆ ਨਾ, ਜੇ ਚੀਜ਼ ਮੰਗਿਆ ਨਾ ਨਾ ਮਿਲੇ ਤਾਂ ਖਾਉਣੀ ਪੈਂਦੀ ਆ। ਮੰਗ ਕੇ ਤਾਂ ਵੇਖ ਲਿਆ ਮੈਂ ਇਹਨਾਂ ਕੋਲ, ਹੁਣ ਖੋ ਕੇ ਵੇਖਦੇ ਆ। ਚੱਲ ਮੈਂ ਤਾਂ ਹੋਵਾਂ ਰੈਡੀ, ਕੰਮ ਤਾਂ ਸਾਰਾ ਹੋ ਗਿਆ ਸਕੂਲ ਦਾ, ਟਾਈਮ ਵੀ ਹੋ ਗਿਆ ਵਾ। ਚੱਲੀਏ ਸਕੂਲ, ਰੈਡੀ ਹੋ ਗਏ ਆਪਾਂ। ਚਲੋ ਠੀਕ ਆ ਮੰਮੀ ਜੀ, ਜਾਨੀ ਫਿਰ ਮੈਂ। ਜਾ ਜਾ, ਤੇ ਜਿੰਦਾ ਤੈਨੂੰ ਬਾਹਰ ਡੀਕਣ ਡਿਆ ਕਦੋਂ ਦਾ ਮੋਟਰਸਾਈਕਲ ਲੈ ਕੇ ਖਲੋਤਾ। ਹਾਂਜੀ ਹਾਂਜੀ ਬਸ ਚੱਲੀ ਆ, ਤੇ ਆਪਣੀ ਸਿਮ ਤੁਹਾਡੇ ਫੋਨ 'ਚ ਪਾ ਲਾ। ਪਾ ਤਾਂ ਲੈਂਦੀ, ਪਰ ਮੇਰੇ ਫੋਨ 'ਚ ਤਾਂ ਇੱਕੋ ਸਿਮ ਪੈਂਦੀ ਆ। ਅੱਛਾ ਅੱਛਾ, ਮੈਂ ਸਕੀਮ ਸੋਚਣ ਨਹੀਂ ਸੀ, ਸਕੀਮ ਤਾਂ ਮੰਮੀ ਨੇ ਮੈਨੂੰ ਆਪੇ ਦੇ ਦਿੱਤੀ। ਸੰਦੀਪ ਕੀ ਸੋਚਣ ਲੱਗ ਗਈ ਆ? ਉਹ ਨਹੀਂ ਨਹੀਂ ਮੰਮੀ ਜੀ ਕੁਝ ਨਹੀਂ। ਚਲੋ ਠੀਕ ਆ, ਬਾਹਰ ਨਾ ਤਜਿੰਦਰ ਵੇਟ ਕਰਦੇ ਪਏ ਆ। ਇਹ ਤਾਂ ਖੁਸ਼ੀ ਬੜੀ ਹੋਈ ਆ, ਇਹਨੂੰ ਮੈਂ ਕਹਿਤਾ ਵੀ ਫੋਨ 'ਚ ਇੱਕ ਸਿਮ ਪੈਂਦੀ ਆ, ਪਤਾ ਨਹੀਂ ਕੀ ਹੋ ਗਿਆ ਇਹਨੂੰ। ਚੱਲ ਮੈਨੂੰ ਕੀ, ਚਲੋ ਮੈਮ ਲੰਚ ਬ੍ਰੇਕ ਖਤਮ ਹੋ ਗਈ ਹੈ, ਕਲਾਸ 'ਚ ਚੱਲੀਏ। ਮੈਮ ਮੇਰੀ ਗੱਲ ਸੁਣਿਓ। ਹਾਂਜੀ, ਮੇਰਾ ਨਾ ਫੋਨ ਖਰਾਬ ਹੋ ਗਿਆ ਵਾ, ਤਾਂ ਮੈਂ ਆਪਣੀ ਸਿਮ ਤੁਹਾਡੇ ਫੋਨ 'ਚ ਪਾ ਦਾ। ਕੋਈ ਗੱਲ ਨਹੀਂ ਮੈਮ, ਪਾ ਲਓ, ਛੁੱਟੀ ਵੇਲੇ ਮੈਂ ਤੁਹਾਨੂੰ ਕੱਢ ਕੇ ਦੇ ਦੂੰਗੀ। ਨਹੀਂ ਨਹੀਂ ਮੈਮ, ਸਿਮ ਨਾ ਕੱਢਿਓ, ਆਪਣੇ ਫੋਨ 'ਚ ਹੀ ਰਹਿਣ ਦਿਓ। ਫਿਰ ਵੀ ਮੈਮ ਦੱਸੋ ਤਾਂ ਸਹੀ, ਤੁਸੀਂ ਆਪਣਾ ਫੋਨ ਠੀਕ ਕਿਉਂ ਨਹੀਂ ਕਰਾਉਂਦੇ? ਚਲੋ ਮੈਮ, ਹੁਣ ਜੇ ਤੁਸੀਂ ਪੁੱਛ ਹੀ ਲਿਆ ਫਿਰ ਦੱਸ ਦਿੰਦੀ, ਮੇਰਾ ਨਾ ਫੋਨ ਟੁੱਟ ਗਿਆ ਵਾ।
ਕੋਈ ਗੱਲ ਨਹੀਂ ਮੈਮ, ਮੈਂ ਤੁਹਾਡੀ ਕਹਾਣੀ ਸਾਰੀ ਸਮਝ ਗਈ ਹਾਂ, ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ। ਵੈਸੇ ਵੀ ਲੰਚ ਬ੍ਰੇਕ ਓਵਰ ਹੋ ਗਿਆ, ਕਲਾਸ 'ਚ ਚੱਲ। ਚਲੋ ਠੀਕ ਆ, ਥੈਂਕ ਯੂ ਮੈਮ, ਤੁਸੀਂ ਮੇਰੀ ਹੈਲਪ ਕਰਦੇ ਜੇ। ਉਹ ਕੋਈ ਗੱਲ ਨਹੀਂ, ਤਾਂ ਪਰਸ ਮੇਰਾ ਨਾ ਕਲਾਸ 'ਚ ਪਿਆ, ਤਾਂ ਮੈਂ ਤੁਹਾਨੂੰ ਦੇ ਦੇਣੀ ਸਿਮ ਕੱਢ ਕੇ। ਹਾਂਜੀ ਠੀਕ ਹੈ। ਆ ਗਏ ਜੇ? ਹਾਂਜੀ ਮੰਮੀ ਜੀ, ਅੱਜ ਤਾਂ ਟਾਈਮ ਨਾਲ ਹੀ ਛੁੱਟੀ ਹੋ ਗਈ ਆ। ਹਾਂਜੀ, ਤੇਜਿੰਦਰ ਵੀ ਆ ਗਏ ਨਾਲੇ ਲੈਣ। ਅੱਛਾ ਅੱਛਾ। ਆਹੋ ਮੰਮੀ, ਇੱਕ ਦਿਨ ਹੀ ਬਸ ਲੇਟ ਹੋਈ ਸੀ, ਅੱਜ ਤਾਂ ਬਾਹਰ ਹੀ ਖਲੋਤੀ ਸੀਗੀ। ਨਾਲੇ ਰੋਟੀ ਰੋਟੀ ਲਾ ਦਿਓ, ਭੁੱਖ ਬੜੀ ਲੱਗੀ, ਫਿਰ ਮੈਂ ਵਾਪਸ ਵੀ ਜਾਣਾ ਆ। ਰੋਟੀ ਤਾਂ ਮੈਂ ਬਣਾਈ ਨਹੀਂ ਆ, ਚੱਲ ਸਬਜ਼ੀ ਬਣੀ ਪਈ ਆ, ਜਾ ਸੰਦੀਪ ਦੋ ਦੋ ਫੁਲਕੇ ਲਾ ਦੇ ਫਟਾਫਟ। ਹਾਂਜੀ ਮੰਮੀ ਜੀ, ਕੋਈ ਗੱਲ ਨਹੀਂ, ਮੈਂ ਬਣਾ ਦਿੰਦੀ ਰੋਟੀ, ਬਸ 10 ਮਿੰਟ ਵੇਟ ਕਰੋ। ਚੱਲ ਮੰਮੀ, ਮੈਂ ਵੀ ਮੂੰਹ ਹੱਥ ਧੋ ਲਾਂ, ਫਿਰ ਰੋਟੀ ਆ ਜਾਣੀ ਆ। ਠੀਕ ਆ। ਇਹ ਕੌਣ ਆ ਗਿਆ ਹੁਣ? ਸਤਿ ਸ਼੍ਰੀ ਅਕਾਲ ਮੰਮੀ, ਟਾਈਮ ਕਿੰਨਾ ਹੋ ਗਿਆ, ਰੋਟੀ ਦੇ ਦਿਓ ਮੈਨੂੰ। ਇੱਧਰ ਆ, ਮੇਰੀ ਗੱਲ ਸੁਣ। ਮੈਂ ਤਾਂ ਆਪਦੀ ਭੈਣ ਦੇ ਫੋਨ 'ਚ ਸਿਮ ਪਾਈ ਹੋਏ ਨੇ, ਅਤੇ ਇਹਦੀ ਮਾਂ ਦਾ ਫੋਨ ਆ ਗਿਆ, ਉਹ ਤਾਂ ਫੋਨ ਲੈ ਕੇ ਬਹਿ ਗਈ ਅੰਦਰ ਸੁਣ। ਅਤੇ ਰੋਟੀ ਕਿੰਨੇ ਲਾਉਣੀ ਆ ਹੁਣ ਉਹਦੇ ਸਾਹਮਣੇ, ਹੁਣ ਮੈਨੂੰ ਕੀ ਕਹਾਂ ਮੰਮੀ? ਹੁਣ ਮੈਂ ਤਾਂ ਰੋਟੀ ਖਾ ਕੇ ਜਾਣੀ ਆ ਨਾ, 20-25 ਮਿੰਟ ਰਹਿ ਗਏ ਆ ਸਾਰੇ, ਲਾਉਣੀ ਵੀ ਆ, ਮੁੜ ਕੇ ਖਾਣੀ ਵੀ ਆ। ਚੱਲ ਵੇਹਨੀ ਆ ਮੈਂ, ਮੈਨੂੰ ਕੀ ਕਰਨ ਦੀ ਆ। ਇੱਧਰ ਲੰਮੀਆਂ ਹੀ ਕਹਾਣੀਆਂ ਪਾ ਕੇ ਤੇ ਬਹਿ ਗਈ ਆ, ਹੁਣ ਆ ਕੁੜੀ ਬੈਠੀ ਆ, ਇਹਨੂੰ ਮੈਂ ਕੀ ਕਹਾਂ? ਨਹੀਂ ਤੇ ਇਹਨੂੰ ਤਾਂ ਮੈਂ 10 ਪਤਾ ਦਿੰਦੀ ਵੀ ਕਿੱਦਾਂ ਇੰਨੀਆਂ ਗੱਲਾਂ ਕਰੀਦੀਆਂ। ਮੁੰਡਾ ਲੇਟ ਹੋਣ ਡਿਆ ਆ, ਚੱਲ ਮੈਂ ਹੀ ਲਾਹ ਦਿੰਦੀ ਹੁਣ 2 ਰੋਟੀਆਂ ਉਹਨੂੰ, ਉਹ ਤਾਂ ਜਾਵੇ ਕੰਮ 'ਤੇ। ਵੈਸੇ ਤੁਹਾਨੂੰ ਕਿੰਨਾ ਚਿਰ ਹੋਇਆ ਜੁਆਇਨ ਕੀਤੇ ਨੂੰ ਉੱਥੇ? ਭਾਅ ਜੀ ਮੈਨੂੰ 4 ਕੁ ਮਹੀਨੇ ਹੋ ਗਏ ਨਾ ਜੁਆਇਨ ਕੀਤੇ ਨੂੰ। ਅੱਛਾ ਅੱਛਾ, ਵੇਖ ਲਓ ਆਪਾਂ ਇੱਕੋ ਕਲੋਨੀ ਦੇ ਹਾਂ, ਅਤੇ ਮੈਨੂੰ ਪਤਾ ਨਹੀਂ ਵੀ ਤੁਸੀਂ ਵੀ ਉੱਥੇ ਜੋਬ ਕਰਦੇ। ਚਲੋ ਹਾਂਜੀ ਹਾਂਜੀ, ਹੁਣ ਤਾਂ ਪਤਾ ਲੱਗ ਹੀ ਗਿਆ ਨਾ। ਹਾਂਜੀ, ਨਾਲੇ ਤੁਹਾਡੀ ਤਾਂ ਮੈਰਿਜ ਨਸ਼ਹਿਰੀ ਨਹੀਂ ਹੋਈ? ਹਾਂਜੀ, ਤੁਸੀਂ ਫਿਰ ਆਪਣਾ ਇੱਥੋਂ ਕਰਦੇ ਜੇ? ਭਾਅ ਜੀ ਉੱਥੋਂ ਵੀ ਉਨਾ ਕੀ ਪੈਂਦਾ ਵਾ, ਇੱਥੋਂ ਵੀ ਉਨਾ ਕੀ ਪੈਂਦਾ, ਅਤੇ ਮੈਂ ਥੋੜ੍ਹੇ ਦਿਨ ਵਾਸਤੇ ਇੱਥੇ ਮੰਮੀ ਉਹਨਾਂ ਕੋਲ ਆਈ ਸੀ, ਅਤੇ ਫਿਰ ਇੱਥੋਂ ਚੱਲ ਜਾਂਦੀ ਹਾਂ। ਅੱਛਾ ਅੱਛਾ, ਠੀਕ ਆ ਠੀਕ ਆ, ਚਲੋ ਵਧੀਆ ਗੱਲ ਆ। ਹਾਂਜੀ ਮੁੰਡਿਆ, ਸੰਦੀਪ ਤੇ ਫੋਨ ਤੇ ਲੱਗੀ ਆ, ਤੈਨੂੰ ਪਤਾ ਹੀ ਆ ਮਾਵਾਂ ਧੀਆਂ ਦੀਆਂ ਕਿਹੜੀਆਂ ਗੱਲਾਂ ਮੁੱਕਦੀਆਂ ਆ, ਤੇ ਰੋਟੀ ਦੀ ਕਿਹੜੀ ਗੱਲ ਆ, ਉਹ ਮੈਂ ਤੈਨੂੰ ਬਣਾ ਦਿੰਦੀ ਆ, ਨਾਲੇ ਉਹਦੇ ਲਈ ਵੀ ਲਾ ਦਿੰਦੀ 2 ਰੋਟੀਆਂ, ਉਹ ਵੀ ਥੱਕੀ ਹਾਰੀ ਆਈ ਆ ਸਕੂਲੋਂ। ਪ੍ਰਿਆ ਬਹਿ, ਤੂੰ ਵੀ, ਤੇਰੇ ਲਈ ਵੀ ਮੈਂ ਚਾਹ ਬਣਾਉਣੀ ਆ। ਨਹੀਂ ਨਹੀਂ ਆਂਟੀ ਜੀ, ਰਹਿਣ ਦਿਓ, ਮੈਂ ਚਾਹ ਨਹੀਂ ਪੀਣੀ, ਮੈਂ ਸੰਦੀਪ ਮੈਮ ਗੱਲ ਕਰ ਲੈਣ, ਫਿਰ ਮੈਂ ਘਰ ਜਾਣਾ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਬਹਿ ਤੂੰ ਆਂਟੀ, ਕੋਈ ਗੱਲ ਨਹੀਂ। ਲੈ ਪ੍ਰਿਆ ਚਾਹ ਪੀ ਲਾ। ਆਂਟੀ ਰਹਿਣ ਦੇ ਨਹੀਂ, ਐਵੇਂ ਤੁਸੀਂ ਖਿੱਚ। ਕੋਈ ਨਹੀਂ, ਪੀ ਪੀ, ਮੈਂ ਕਾਪੀ ਫੜ।
ਇਹਦਾ ਫੋਨ ਹੀ ਨਹੀਂ ਮੁੱਕਣ ਡਿਆ। ਰੋਟੀ ਪਤਾ ਨਹੀਂ ਮੈਂ ਕਦੋਂ ਖਾਣੀ ਆ ਅਤੇ ਕਦੋਂ ਵਾਪਸ ਜਾਊਂਗਾ। ਹਾਂਜੀ ਮੰਮੀ, ਸੂਟ ਤਾਂ ਉਹਦੇ ਕੋਲ ਬਹੁਤ ਵਧੀਆ ਮਿਲਦੇ ਆ, ਜਦੋਂ ਮੈਂ ਆਊਂਗੀ ਨਾ ਤਾਂ ਸੂਟ ਉਹਦੇ ਕੋਲ ਹੀ ਲਵਾਂਗੀ, ਫਿਰ ਸਵਾ ਵੀ ਇੱਥੋਂ ਹੀ ਲਵਾਂਗੀ। ਆਹੋ ਇੱਥੋਂ ਫਿਰ ਟਾਈਮ ਨਹੀਂ ਨਾ ਲੱਗਦਾ ਸਵਾਉਣ ਦਾ। ਹਾਂਜੀ ਆ ਲੈ ਖਾ ਲਾ ਰੋਟੀ। ਤੁਸੀਂ ਲੱਗ ਲਿਆਂਦੀ ਆ ਸੰਦੀਪ ਤੇ ਫੋਨ ਤੇ ਲੱਗੀ ਅਜੇ ਤੱਕ? ਤੇ ਮੈਂ ਹੀ ਲਾਉਣੀ ਸੀ, ਉਹਨੇ ਕਿੱਥੋਂ ਰੋਟੀ ਲਾਉਣੀ? ਉਹਨੂੰ ਤਾਂ ਫੋਨ ਤੋਂ ਵਿਹਲ ਮਿਲੇ ਤਾਂ ਆਇਆ ਨਾ, ਉਹਨੂੰ ਤਾਂ ਕਿਤੇ ਬਗਾਨੀ ਕੁੜੀ ਦੀ ਨਹੀਂ ਸ਼ਰਮ ਵੀ ਉਹ ਬਾਹਰ ਬੈਠੀ ਆ। ਪਤਾ ਨਹੀਂ ਕਿਹੜੀਆਂ ਗੱਲਾਂ ਜਿਹੜੀਆਂ ਇਹਦੀਆਂ ਮੁੱਕਣ ਨਹੀਂ ਡਈਆਂ। ਚੱਲ ਕੋਈ ਗੱਲ ਨਹੀਂ ਮੰਮੀ। ਕੋਈ ਗੱਲ ਨਹੀਂ ਆ, ਇਹ ਸੱਚੀ ਗੱਲ ਆ। ਜੇ ਇਹਦੇ ਸਿਰ 'ਤੇ ਰਹਿੰਦਾ ਨਾ ਭੁੱਖਾ ਹੀ ਜਾਣਾ ਸੀ ਤੂੰ ਕੰਮ 'ਤੇ। ਆਖਰ ਮਾਂ ਹੀ ਕੰਮ ਆਈ ਨਾ, ਮਾਂ ਨੇ ਲਾ ਕੇ ਦਿੱਤੀ ਨਾ ਰੋਟੀ, ਇਹਨੇ ਤਾਂ ਤੈਨੂੰ ਭੁੱਖਿਆਂ ਹੀ ਤੋਰ ਦੇਣਾ ਸੀ। ਮੈਨੂੰ ਤਾਂ ਫਿਰ ਤਰਸ ਆ ਗਿਆ ਵੀ ਮੇਰਾ ਪੁੱਤ ਭੁੱਖਾ ਬੈਠਾ ਆ, ਕਿਤੇ ਰੋਟੀ ਤੋਂ ਬਿਨਾਂ ਨਾ ਚੱਲ ਜੇ। ਇਹਨੂੰ ਤਾਂ ਕਿਤੇ ਮਾਸਾ ਭੋਰਾ ਹੈ ਹੀ ਨਹੀਂ ਆ। ਫਿਰ ਇਹੋ ਜਿਹੀਆਂ ਕਹਿੰਦੀਆਂ ਆ ਸੱਸਾਂ ਨਹੀਂ ਚੰਗੀਆਂ, ਘਰ ਵਾਲੇ ਨਹੀਂ ਚੰਗੇ। ਚੱਲ ਕੋਈ ਨਹੀਂ ਮੰਮੀ, ਹੁਣ ਬਗਾਨੀ ਕੁੜੀ ਬਾਹਰ ਬੈਠੀ ਆ, ਮੈਂ ਸੁਣ ਲੂਗੀ। ਤਾਂ ਹੀ ਤਾਂ ਮੈਂ ਚੁੱਪ ਆ, ਬਗਾਨੀ ਕੁੜੀ ਕਰਕੇ ਚੁੱਪ ਆ। ਜਾ ਮੈਨੂੰ ਪਾਣੀ ਲਿਆ ਦੇ ਹੁਣ। ਹਲੋ, ਥੈਂਕ ਯੂ ਮੈਮ। ਕੋਈ ਗੱਲ ਨਹੀਂ ਮੈਮ, ਅੱਜ ਤੁਹਾਡੇ ਕਰਕੇ ਨਾ ਪਹਿਲੀ ਵਾਰੀ ਮੇਰੀ ਸੱਸ ਨੇ ਰੋਟੀ ਬਣਾਈ ਆ। ਨਹੀਂ ਤਾਂ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਹਰ ਵਾਰੀ ਮੈਂ ਹੀ ਰੋਟੀ ਬਣਾਉਣੀ ਆ, ਕੋਈ ਕੰਮ ਨਹੀਂ ਕਰਦੇ ਮੰਮੀ। ਕੋਈ ਗੱਲ ਨਹੀਂ ਮੈਮ, ਜਿਸ ਹਿਸਾਬ ਨਾਲ ਤੁਸੀਂ ਮੈਨੂੰ ਆਪਣੀ ਸਟੋਰੀ ਸੁਣਾਈ ਸੀ ਨਾ, ਤੁਹਾਨੂੰ ਇਹ ਸਟੈਪ ਲੈਣਾ ਹੀ ਪੈਣਾ ਸੀ। ਜੇ ਤੁਸੀਂ ਇਹ ਸਟੈਪ ਨਾ ਲੈਂਦੇ ਤੁਹਾਨੂੰ ਸਾਰੀ ਜ਼ਿੰਦਗੀ ਰੋਣਾ ਪੈਣਾ ਸੀ। ਇਹ ਜ਼ਰੂਰੀ ਥੋੜ੍ਹੀ ਆ ਕਿ ਹਰ ਜਗ੍ਹਾ 'ਤੇ ਨੋਹਾਂ ਨੇ ਐਡਜਸਟਮੈਂਟ ਕਰਨੀ ਆ, ਸਹੁਰਿਆਂ ਦਾ ਕੋਈ ਫਰਜ਼ ਨਹੀਂ ਬਣਦਾ ਐਡਜਸਟਮੈਂਟ ਕਰਨ ਦਾ। ਚਲੋ ਚੰਗਾ ਮੈਮ, ਫਿਰ ਉਹਨਾਂ ਨੇ ਕਹਿਣਾ ਪਤਾ ਨਹੀਂ ਕੀ ਗੱਲਾਂ ਕਰਨ ਲੱਗ ਗਿਆ। ਠੀਕ ਹੈ, ਓਕੇ। ਚੰਗਾ ਮੰਮੀ, ਚੱਲਿਆ ਫਿਰ ਮੈਂ। ਚੰਗਾ ਲਿਆਵਾਂ ਹੋਰ ਫੁਲਕਾ? ਨਹੀਂ ਨਹੀਂ ਬਸ ਮੰਮੀ, ਅਤੇ ਮੰਮੀ ਹੁਣ ਦੁਪਹਿਰ ਦੀ ਰੋਟੀ ਤਾਂ ਤੂੰ ਹੀ ਲਾਉਣ ਡੈ ਪਈ ਆ। ਅਤੇ ਮੈਂ ਹੀ ਲਾਉਣੀ ਆ, ਉਹਨੂੰ ਫੋਨ ਤੋਂ ਵਿਹਲ ਮਿਲੇ ਤਾਂ ਤਾਂ ਹੀ ਆ ਨਾ, ਉਹ ਤਾਂ ਰੋਜ਼ ਫੋਨ ਉਹ ਲੈ ਕੇ ਤਾਂ ਆ ਜਾਂਦੀ ਉਹ ਜਿਹੜੀ ਪ੍ਰੀਆ ਆ ਨਾ, ਉਹਦੇ ਸਾਹਮਣੇ ਇਹਨੂੰ ਕੁਛ ਕਹਿਣ ਜੋਗੇ ਆ। ਅਤੇ ਕੀ ਕਰਾਂ ਹੁਣ ਮੈਂ, ਫੋਨ ਕਾਹਦਾ ਟੁੱਟ ਗਿਆ ਆ, ਅਸੀਂ ਤਾਂ ਚੰਗੇ ਕਸੂਤੇ ਫਸੇ ਹਾਂ। ਪਤਾ ਨਹੀਂ ਰੋਜ਼ ਕਿਹੜੀਆਂ ਗੱਲਾਂ ਕਰਦੀ ਰਹਿੰਦੀ ਆ। ਇਹਦਾ ਜਦੋਂ ਰੋਟੀ ਦਾ ਟਾਈਮ ਹੁੰਦਾ ਨਾ ਉਦੋਂ ਫੋਨ ਲੈ ਕੇ ਆ ਜਾਂਦੀ ਆ, ਅਤੇ ਉਹ ਵੀ ਬਾਹਰੇ ਬੈਠੀ ਰਹਿੰਦੀ ਆ ਵੀ ਫੋਨ ਫੜਾ ਕੇ ਤੂੰ ਚੱਲ ਜਾ। ਉਹਨੇ ਤਾਂ ਬਹਿਣਾ ਹੀ ਆ ਮੁੰਡਿਆ, ਉਹ ਆਪਣਾ ਫੋਨ ਉਡੀਕਦੀ ਆ ਵੀ ਲੈ ਕੇ ਜਾਵਾਂਗੀ। ਅਤੇ ਹੁਣ ਕਰਨਾ ਕੀ ਆ ਫਿਰ? ਕਰਨਾ ਹੁਣ ਮੈਂ ਕੀ ਆ, ਮੈਂ ਤਾਂ ਇਹ ਆਉਂਦੀ ਹਾਂ 3-4 ਹਜ਼ਾਰ ਵਾਲਾ ਫੋਨ ਇਹਨੂੰ ਲਿਆ ਕੇ ਤਾਂ ਦੇਈਏ। ਉਹ ਰੋਜ਼ ਰੋਜ਼ ਕੁੜੀ ਬਗਾਨੀ ਆਉਂਦੀ ਆ ਅਤੇ ਗੱਲਾਂ ਸਾਡੀਆਂ ਐਵੇਂ ਭੇਤ ਖੁੱਲ੍ਹਣਗੇ ਘਰ ਦੇ, ਚੰਗੀ ਗੱਲ ਨਹੀਂ ਆ, ਕਲੋਨੀ 'ਚ ਆਪਣੀ ਬੇਇੱਜ਼ਤੀ ਹੋਣੀ ਆ। ਚੱਲ ਕੋਈ ਗੱਲ ਨਹੀਂ ਮੰਮੀ, ਮਾੜਾ ਮੋਟਾ ਫੋਨ ਲਿਆ ਦਿੰਦੇ ਫਿਰ। ਜਾ ਪੁੱਛ ਉਹਨੂੰ ਜਿਹੜਾ ਤੇਰਾ ਯਾਰ ਨਹੀਂ ਗੰਗੀ, ਉਹਨੂੰ ਪੁੱਛ ਕੋਈ 3-4 ਹਜ਼ਾਰ ਵਾਲਾ ਫੋਨ ਹੈਗਾ ਤਾਂ ਇਹਨੂੰ ਲਿਆ ਕੇ ਦੇਈਏ, ਅਤੇ ਉਹ ਫੋਨ 'ਚ ਪਾਵੇ ਸਿਮ। ਕੋਈ ਗੱਲ ਨਹੀਂ ਮੰਮੀ, ਮੈਂ ਹੁਣੇ ਫੋਨ ਲਾ ਕੇ ਪੁੱਛ ਲੈਂਦਾ, ਉਹਦੇ ਕੋਲ ਪੁਰਾਣਾ ਫੋਨ ਪਿਆ ਹੀ ਹੋਣਾ ਕੋਈ ਨਾ ਕੋਈ। ਹੈਲੋ,
ਹਾਂ ਕਿੱਦਾਂ ਯਾਰ ਤੇਰੇ ਕੋਲ ਪੁਰਾਣਾ ਫੋਨ ਪਿਆ ਕੋਈ 4-5 ਹਜ਼ਾਰ ਤੱਕ? ਨਹੀਂ ਨਹੀਂ 2-3 ਹਜ਼ਾਰ ਤੱਕ ਵੇਖ ਲਈ ਯਾਰ ਜੇ ਕੋਈ ਪਿਆ ਤੇ। ਅੱਛਾ ਅੱਛਾ ਚੱਲ ਕੋਈ ਨਹੀਂ ਫਿਰ ਮੈਂ ਆ ਜਾਂਦਾ ਤੇਰੇ ਕੋਲ। ਓਕੇ ਓਕੇ। ਕੀ ਆਉਂਦਾ ਆ? ਕੋਈ ਨਹੀਂ ਮੰਮੀ ਉਹ ਕਹਿੰਦਾ ਮੇਰੇ ਕੋਲ ਆ ਜਾ ਤੇ ਹੈਗਾ ਮੇਰੇ ਕੋਲ 2-3 ਹਜ਼ਾਰ ਤੱਕ ਫੋਨ। ਜਾ ਫਿਰ ਲੈ ਆ, ਲਿਆ ਕੇ ਤੇ ਮਾਰੇ ਦੇ ਮੱਥੇ, ਇਹ ਤੇ ਨਵਾਂ ਸਾਡਾ ਜਲੂਸ ਕੱਢਣ ਲੱਗੀ ਆਂਢ ਗੁਆਂਢ ਦੇ ਵਿੱਚ। ਮੰਮੀ ਹੁਣ ਮੈਂ ਕਿੱਥੇ ਜਾਣਾ ਵਾ, ਮੈਂ ਤਾਂ ਹੁਣ ਡਿਊਟੀ ਤੇ ਵਾਪਸ ਜਾਣਾ ਆ। ਚੱਲ ਸ਼ਾਮੀ ਆਉਂਦੇ ਵਾਲੇ ਫੜ ਲਿਆ ਵੀ। ਆਹੋ ਸ਼ਾਮੀ ਆਉਂਦੇ ਲਿਆਉਂਗਾ ਮੈਂ ਤੇ ਬਹਿ ਜਾ, ਮੈਂ ਚਾਹ ਬਣਾਉਂਦਾ ਫਿਰ ਘੁੱਟ। ਉਹ ਨਹੀਂ ਨਹੀਂ ਜਾਣਾ ਹੁਣ, ਮੈਂ ਟਾਈਮ ਹੋ ਗਿਆ। ਚੰਗਾ ਕਿੱਦਾਂ ਕਰ ਗਈ? ਵਧੀਆ ਜੀ। ਫੋਨ ਦਾ ਤੈਨੂੰ ਕਿਹਾ ਸੀਗਾ? ਆਹੋ ਪਿਆ ਦਾ ਸੀ ਇੱਕ ਫੋਨ, ਆਇਆ ਤਾਂ ਇਹੀ ਫੋਨ ਇਹਨਾਂ ਦਾ। ਕਿੰਨੇ ਦਾ? 2,000 ਰੁਪਏ ਦਾ ਫੋਨ, ਅੱਜ ਹੀ ਕੱਟਿਆ ਫੋਨ। ਚੱਲਦਾ ਸਹੀ ਆ ਨਾ? ਚੱਲਦਾ ਸਹੀ ਆ, ਹੈ 3G ਉਹ, ਨੈੱਟ ਨੂੰ ਨਹੀਂ ਆ ਸਹੀ ਚੱਲਣਾ। ਪਰ ਇਹ 'ਚ ਯਾਰ ਨੈੱਟ ਦੀ ਕੋਈ ਗੱਲ ਨਹੀਂ, ਫੋਨ ਆਉਂਦਾ ਜਾਂਦਾ ਆ ਨਾ। ਫੋਨ ਚੱਲੂਗਾ, ਫੋਨ 'ਚ ਕੋਈ ਦਿੱਕਤ ਨਹੀਂ ਆ, ਫੋਨ ਤਾਂ ਹੋਊਗਾ ਹੀ। ਚੱਲ ਬਸ ਠੀਕ ਆ ਫਿਰ। ਕਿ ਕਿੰਨੇ ਪੈਸੇ ਇਹਦੇ? 2,000। ਲੈਸ ਲੂਸ ਨਹੀਂ ਕੁਛ? 2,000 ਰੁਪਏ ਦਾ ਹੀ ਕੱਟਿਆ ਫੋਨ। ਚੱਲ ਠੀਕ ਆ ਫਿਰ। ਓਕੇ ਓਕੇ। ਆ ਲੈ ਫੜ, ਲਿਆ ਤਾ ਫੋਨ। ਥੈਂਕ ਯੂ ਰਜਿੰਦਰ। ਪਰ ਇਹ ਤੇ ਸੈਕਿੰਡ ਹੈਂਡ ਫੋਨ ਆ। ਤੇ ਯਾਰ ਤੂੰ ਗੱਲ ਹੀ ਕਰਨੀ ਆ, ਨਵੇਂ ਨਾ ਸੈਕਿੰਡ ਹੈਂਡ ਨਾ ਕੀ ਮਤਲਬ ਆ ਤੈਨੂੰ, ਫੋਨ ਮਿਲ ਗਿਆ ਨਾ। ਚਲੋ ਠੀਕ ਆ, ਮੈਂ ਕੱਲ੍ਹ ਨਾ ਇਹ 'ਚ ਆਪਣੀ ਸਿਮ ਪਾ ਲਾਂਗੀ। ਤੇ ਮੇਰੀ ਗੱਲ ਸੁਣ ਲਾ, ਉਹ ਪ੍ਰੀਆ ਹੁਣ ਇੱਥੇ ਵੜਨੀ ਨਹੀਂ ਚਾਹੀਦੀ। ਚੰਗਾ ਲੈ, ਹੁਣ ਮੈਮ ਨੇ ਘਰ ਕੀ ਲੈਣ ਆਉਣਾ, ਉਹ ਤਾਂ ਬਸ ਮੇਰੇ ਫੋਨ 'ਤੇ ਗੱਲ ਕਰਾਉਣ ਆਉਂਦਾ ਸੀ, ਤੁਹਾਨੂੰ ਵੀ ਪਤਾ ਹੀ ਆ। ਜੋ ਵੀ ਆ ਇਹ ਤਾਂ ਮੇਰੀ ਪਹਿਲੀ ਚਾਲ ਸੀ, ਤੇ ਪਹਿਲੀ ਚਾਲ ਹੀ ਕੰਮ ਕਰ ਗਈ। ਵੈਸੇ ਇੱਕ ਗੱਲ ਦਾ ਤਾਂ ਪਤਾ ਲੱਗ ਗਿਆ ਕਿ ਜਿੰਨੇ ਭਲੇ ਮਾਨਸ ਬਣ ਕੇ ਰਹੋ ਨਾ, ਲੋਕ ਉਹਨੇ ਹੀ ਸਿਰ 'ਤੇ ਚੜ੍ਹਦੇ ਆ। ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਅੱਜ ਕੱਲ੍ਹ। ਕੋਈ ਨਹੀਂ, ਇਹ ਤਾਂ ਸ਼ੁਰੂਆਤ ਆ, ਅਜੇ ਸੁਧਾਰਦੀ ਵੇਖੋ ਕਿੱਦਾਂ। ਫੋਨ 'ਤੇ ਚਲਾ ਕੇ ਵੇਖਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ। ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਥੱਲੇ ਕਿਤੇ ਰੈੱਡ ਕਲਰ ਦਾ ਬਟਨ ਹੋਏਗਾ, ਉਸ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਜੇ ਵੀਡੀਓ 'ਚ ਕੋਈ ਕਮੀ ਲੱਗਦੀ ਹੋਏ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ। ਹਾਂਜੀ, ਇੰਨੀ ਕੁ ਹੈਲਪ ਸਾਡੀ ਜ਼ਰੂਰ ਕਰਿਓ। ਚੰਗਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਪਣਾ ਖਿਆਲ ਰੱਖਿਓ।